Guru, Vah, 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 Guru, 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 कबीर तू तू होर करता तू हुआ मुझ में रहा न हो जब आपा पर का मिट गया जत देखा तत तू गुरु है दिखायो लोयना इत है उत है कट 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 तू ही मोहना जी उस करदा बना दियो आसी साईया करदा बना नहीं वासी जिथे तू ही तू हो करदा बना दियो वासी जिथे तू ही तू होए उस करदा बना दियो वासी तू ही होए उस करदा बना दियो वासी जिथे तू ही तू होए उस करदा बना दियो वासी तू ही तू होने उस करदा बना दियो वासी जिथे तू ही तू होने उस करदा बना दियो वासी जिथे तू ही तू होने तू ही तू होने करदा बना दियो वासी जिथे तू ही तू होवे जी उस कर दो साईया कर दो बना दो वासी तू ही तू होवे उस कर दो बना दो वासी तू ही तू होवे उस कर दो बना दो वासी जिथे तू भी तू करदा बना दियो वासी जिथे तू ही तू होवे उस करदा बना दियो वासी तन श्री गुरु ग्रंथ साहिब जी तन श्री गुरु ग्रंथ साहिब जी श्री गुरु ग्रंथ साहिब जी तन श्री गुरु ग्रंथ साहिब जी धन श्री गुरु ग्रंथ साहिब जी धन श्री गुरु ग्रंथ साहिब जी तू ही मोहना तू ही मोहना
ਉਸ ਕਰਨਾ ਬਣਾ ਦੇ ਵਸ ਜਿੱਥੇ ਤੂੰ ਹੀ ਤੂੰ ਕਰਨਾ ਬਣਾ ਦੇ ਵਸ ਜਿੱਥੇ ਤੂੰ ਹੀ ਤੂੰ ਸਾਈਆਂ ਕਰਨਾ ਬਣਾ ਲਈ ਵਸੀ ਸਤਸੰਗ ਜੀ ਰਸਨਾ ਪਵਿੱਤਰ ਕਰੋ, ਸਤਿਗੁਰ ਦੀ ਬਖਸ਼ਿਸ਼ ਠਹਿਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰ ਵਿੱਚ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਕਾਫੀ ਸਮੇਂ ਤੋਂ ਕਰ ਰਹੇ, ਬੇਅੰਤ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਰਹੀਆਂ ਹਨ, ਨਤਮਸਤਕ ਹੋ ਰਹੀਆਂ ਹਨ। ਸਾਡੀ ਤੁਹਾਡੀ ਸਭ ਦੀ ਹਾਜ਼ਰੀ ਲੱਗ ਜਾਏ, ਪ੍ਰਵਾਨ ਹੋ ਜਾਏ ਸਾਡਾ ਆਉਣਾ, ਸਾਡਾ ਚੱਲਣਾ, ਸਾਡਾ ਬਹਿਣਾ, ਸਾਡਾ ਗਾਉਣਾ, ਸਾਡਾ ਸੁਣਨਾ ਲੇਖੇ ਪੈ ਜਾਏ। ਯਤਨ ਕਰੀਏ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠਿਆ ਜਾਏ। ਜਿਹੜੇ ਪੱਕੇ ਸਤਸੰਗੀ ਨੇ ਨਾ ਗੁਰਮੁਖੋ, ਜਿਨ੍ਹਾਂ ਨੂੰ ਸੁਭਾਅ ਬਣ ਗਿਆ ਹੈ, ਉਹ ਬੜੇ ਪਿਆਰ ਵਿੱਚ ਇੱਕ ਜਗ੍ਹਾ ਚੌਂਕੜਾ ਲਾ ਕੇ ਬਹਿ ਜਾਣਗੇ। ਦੋ ਘੰਟੇ ਲੰਘ ਜਾਣ, ਤਿੰਨ ਘੰਟੇ ਲੰਘ ਜਾਣ, ਪਤਾ ਹੀ ਨਹੀਂ ਲੱਗਦਾ ਕੀ ਟਾਈਮ ਹੋਇਆ, ਕੌਣ ਆਇਆ, ਕੌਣ ਗਿਆ। ਬਾਕੀ ਜਿਹੜੇ ਕੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਸਮਾਂ ਲੱਗਦਾ ਹੈ। ਰੰਗ ਲਾਗਤ 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 ਹੈ, ਭਉ ਭਾਗਤ 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 ਹੈ। ਸਤਿਗੁਰੂ ਮਿਹਰ ਦਾ ਰੰਗ ਚੜਾ ਦਿੰਦੇ ਨੇ, ਲਾਲ ਰੰਗ ਤਿਸਕੋ ਲੱਗਾ ਜਿਸ ਕੈ ਵਡਭਾਗਾ, ਮਹਿਲਾ ਕਦੇ ਨਾ ਹੋਵਈ ਨਹਿਲਾ ਕਦਾਗਾ। ਇਹੋ ਜਿਹਾ ਰੰਗ ਹੈ ਜਿਹੜਾ ਕਦੇ ਮੇਲਾ ਹੁੰਦਾ ਹੀ, ਜਿਹਨੂੰ ਨਾਮ ਦਾ ਰੰਗ ਚੜ ਜਾ ਉਹਨੂੰ ਫਿਰ ਦਾਗ ਕੀ ਲੱਗੇਗਾ। ਜਿਹਦੇ ਤੇ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ, ਭਜਨ ਕਰਨ ਵਾਲਾ ਦਾਗੀ ਹੋ ਹੀ ਨਹੀਂ ਸਕਦਾ। ਜਿਹੜਾ ਦਾਗੀ ਹੋ ਗਿਆ ਉਹ ਭਜਨ ਨਹੀਂ ਕਰਦਾ, ਉਹਦਾ ਜੀਵਨ ਉੱਚਾ ਨਹੀਂ। ਸਿਮਰਨ ਕਰਨ ਵਾਲਾ ਉੱਚੇ ਜੀਵਨ ਦਾ ਮਾਲਕ ਹੁੰਦਾ। ਔਰ ਜਦੋਂ ਜੀਵਨ ਬਣ ਜਾਏ, ਮਹਾਰਾਜ ਮਿਹਰ ਕਰ ਦੇਣ, ਸਿਮਰਨ ਦੀ ਦਾਤ ਬਖਸ਼ ਦੇਣ, ਆਪਣੇ ਚਰਨਾਂ ਦਾ ਪਿਆਰ ਬਖਸ਼ ਦੇਣ, ਜਦੋਂ ਨਾਮ ਦਾ ਰੰਗ ਚੜ ਜਾਏ, ਫਿਰ ਦੁਨਿਆਵੀ ਆ ਜਿਹੜੇ ਦਾਗ ਨੇ ਸਭ ਲੈ ਜਾਂਦੇ, ਧੁੱਪ ਜਾਂਦੇ। ਪਰ ਬਚਣਾ ਹੈ ਬੜਾ ਔਖਾ, ਮੁਸ਼ਕਲ ਬਾਤ। ਪੂਰਾ ਧਿਆਨ ਦੇਣਾ, ਇਕਾਗਰਤਾ ਬਖਸ਼ਣੀ। ਮੱਥਾ ਟੇਕਣ ਵਾਲਿਆਂ ਨੂੰ ਵੀ ਅਰਜ ਕਰਾਂਗਾ ਕਿ ਛੇਤੀ ਛੇਤੀ ਮੱਥਾ ਟੇਕ ਲਓ। ਪਹਿਰੇਦਾਰਾਂ ਨੂੰ ਵੀ ਬੇਨਤੀ ਹੈ, ਬਸ ਪੰਜ ਚਾਰ ਮਿੰਟਾਂ 'ਚ ਰਸਤਾ ਬੰਦ ਕਰ ਦਿਓ, ਪੰਜ ਚਾਰ ਮਿੰਟਾਂ ਵਿੱਚ ਰਸਤਾ ਬੰਦ ਕਰ ਦਿਓ। ਜਿਹੜੇ ਰਹਿ ਜਾਣਗੇ ਉਹਨਾਂ ਨੂੰ ਬਾਅਦ 'ਚ ਮੱਥਾ ਟਿਕਾ ਦਿਆਂਗੇ। ਜਦੋਂ ਆਨੰਦ ਸਾਹਿਬ ਪੜਾਂਗੇ, ਆਵਾਜ਼ ਦੇ ਦਿਆਂਗੇ, ਮੱਥਾ ਟੇਕ ਲਓ, ਨਮਸਕਾਰ ਕਰ ਲਓ।